ਦੇਣ ਲੱਗਣ ਲੱਗ ਪਏ ਵਧੀਆ ਹੁਣ ਤਾਂ ਕਰਕੇ ਮੈਂ ਟੀ ਸ਼ਰਟ ਪਾਈ ਆ ਅੰਦਰ ਚੱਲ ਜਾਈਏ ਠੰਡ ਲੱਗਣ ਲੱਗ ਪੈਂਦੀ ਆ ਬਾਹਰ ਬਹਿ ਜਾਈਏ 10 ਮਿੰਟ 15 ਮਿੰਟ ਅਤੇ ਫਿਰ ਧੁੱਪ ਦੇ ਵਿੱਚ ਅਤੇ ਗਰਮੀ ਲੱਗਣ ਲੱਗ ਪੈਂਦੀ ਮਾੜੀ ਮਾੜੀ ਮਿਕਸ ਜਿਹਾ ਹੋ ਗਿਆ ਆ ਜਿੱਦਾਂ ਜੱਟ ਜੂਣਾ ਮੋੜ ਫਿਲਮ ਦੇ ਵਿੱਚ ਨਹੀਂ ਸੀ ਇੱਕ ਕਹਿੰਦਾ ਮੈਨੂੰ ਠੰਡ ਲੱਗਦੀ ਆ ਬਾਹਰ ਲੈ ਜਾਓ ਬਾਹਰ ਲੈ ਜਾਂਦੇ ਮੈਨੂੰ ਗਰਮੀ ਲੱਗਦੀ ਲੈ ਜਾਓ ਉਹ ਸੀਨ ਸੀਗਾ ਕਿ ਜੱਟ ਜੂਣਾ ਮੋੜ ਫਿਲਮ ਉਹ ਵਾਲਾ ਮੌਸਮ ਹੋਇਆ ਪਿਆ ਆ ਹੁਣ ਅਤੇ ਜਨਾਬ ਹੁਣੀ ਵੀ ਨਾ ਉਹਨਾਂ ਨੂੰ ਘਰ ਡਰੋਪ ਕਰਨਾ ਫਿਰ ਮੈਂ ਜਾਣਾ ਸ਼ਹਿਰ ਨੂੰ ਅਤੇ ਮੈਂ ਗੱਡੀ ਕੱਢਣ ਲੱਗਾ ਤੁਹਾਨੂੰ ਵਿਖਾਉਂਦਾ ਹੁਣ ਗੱਡੀ ਇੱਥੇ ਲਿਆ ਕੇ ਵਿਖਾਉਂਦਾ ਹੁਣ ਵੇਖੋ ਵਿੱਚ ਮੈਂ ਵੀ ਦਿਸਦਾ ਵੇਖੋ ਇੰਨੀ ਚਮਕਣ ਦੀ ਆ ਗੱਡੀ ਜਨਾਬ ਜੀ ਕਿੱਦਾਂ ਤੁਰੇ ਜਾਂਦੇ ਆਹੋ ਜਨਾਬ ਹੁਣਾਂ ਨੇ ਵੀਡੀਓ ਵੀ ਸ਼ੂਟ ਕੀਤੀ ਦਿਖਾਉਂਦਾ ਤੁਹਾਨੂੰ ਮੈਂ ਜਿਹੜੇ ਤੇਰਾ ਆਪਣੀ ਜਹਾਜ਼ ਗੱਡੀ ਚੈੱਕ ਕਰੋ ਪੂਰੀ ਨੀਟ ਐਂਡ ਕਲੀਨ ਆ ਹੁਣ ਲੈ ਉਹਨਾਂ ਦੀ ਮਾਂ ਵੀ ਆ ਗਈ ਉਹ ਖਵਾਇਆ ਉਹਨਾਂ ਨੇ ਖਵਾਤਾ ਆ ਮਿੱਠਾ ਨਾ ਇਹ ਤਾਂ ਇਹਨੇ ਵੀ ਦੇ ਮਾੜਾ ਜਿਹਾ ਦੌੜ ਆਊਗੀ ਇਹ ਉੱਦੇ ਆ ਜਾਂਦੀ ਆ ਇੱਥੇ ਪਾ ਦਿੰਦਾ ਮਾੜਾ ਜਿਹਾ ਫਿਰ ਆਊਗੀ ਓਏ ਕੁਕੜੂ ਆ ਨਿੱਕੇ ਨਿੱਕੇ ਲੈ ਚੱਲੀਏ ਕਿੰਨੇ ਸੋਹਣੇ ਆ ਹੈ ਜਨਾਬ ਹੁਣਾਂ ਨੇ ਇਹਨਾਂ ਦੀ ਪੂਰੀ ਵੀਡੀਓ ਸ਼ੂਟ ਕੀਤੀ ਹੋਈ ਆ ਜਾ ਕੇ ਤੁਸੀਂ ਆਪਣੇ ਦੂਜੇ ਚੈਨਲ 'ਤੇ ਜਾ ਕੇ ਵੇਖ ਸਕਦੇ ਹੋ ਲਿੰਕ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਆ ਭੁੱਖ ਲੱਗੀ ਆ ਇਹਨਾਂ ਨੂੰ ਉਹ ਜਿਹੜਾ ਸ਼ੈਤਾਨ ਜਿਹਾ ਉਹ ਆ ਹੋ ਗਏ ਸ਼ੈਤਾਨ ਅੱਛਾ ਜੀ ਸ਼ੈਤਾਨ ਆ ਆ ਚੱਲੀਏ ਘਰ ਨੂੰ ਆ ਚੱਲੀਏ ਆ ਜਾ ਚੱਲ ਉਹਦਾ ਢਿੱਡ ਭਰ ਗਿਆ ਚੱਲ ਆਈ ਸੋਹਣੇ ਬੜੇ ਹੀ ਹਨਾ ਅਜਾ ਦੌੜਦਾ ਬੜੀ ਛੇਤੀ ਦਾ ਓਏ ਭੂਰੂ ਦੇਖਦੇ ਉਹਦੇ ਫੜ ਕੇ ਵੀ ਦੌੜ ਗਿਆ ਹੋ ਗਿਆ ਜੀ ਇਹ ਹੈਗੇ ਆ ਹੋਮਲੈਸ ਵੀ ਜਿਹੜੇ ਹੁੰਦੇ ਨਾ ਰੋਡ ਦੇ ਉੱਤੇ ਇਹ ਉਹ ਆ ਇਹਨਾਂ ਨੂੰ ਉੱਦਾਂ ਛੋਟਾ ਜਿਹਾ ਘਰ ਇੱਥੇ ਕਲੋਨੀ ਵਾਲਿਆਂ ਨੇ ਬਣਾ ਕੇ ਦਿੱਤਾ ਆ ਇਹਨਾਂ ਨੂੰ ਰੋਟੀ ਰੋਟੀ ਪਾ ਦਿੰਦੇ ਆ ਤਾਂ ਹੀ ਭੱਜੇ ਫਿਰਦੇ ਆ ਹੁਣ ਅਸੀਂ ਚੱਲੇ ਹਾਂ ਇਹਨੂੰ ਟੇਪ ਕਰਾਉਣ ਕਿਤੇ ਕਿਤੇ ਥਾਵਾਂ 'ਤੇ ਇਹਨਾਂ ਦੇ ਟੇਪ ਕਰਾਉਣੀ ਸ਼ਾਇਦ ਇੱਥੇ ਵੀ ਕਰਾਈਏ ਇੱਕ ਲਾਈਟ ਜੀ ਅਤੇ ਸ਼ੀਸ਼ਿਆਂ 'ਤੇ ਅਤੇ ਆਪਣੇ ਹੋਰ ਆਹ ਹੋ ਗਿਆ ਇੱਥੇ ਪੱਟੀ 'ਤੇ ਉੱਥੇ ਜਾ ਕੇ ਸੋਚਾਂਗੇ ਕੀ ਕਰਨਾ ਇਹਦੇ ਕੋਈ ਲੋਗੋ ਲੂਗੋ ਵੀ ਲਵਾਉਣਾ ਆ ਜਾਂ ਨਹੀਂ ਲਵਾਉਣਾ ਬੈਕ 'ਤੇ ਵੀ ਹਲਕੀ ਜਿਹੀ ਟੇਪ ਲਵਾਵਾਂਗੇ ਇੱਕ ਤੋਂ ਦੀਆਂ ਨੰਬਰ ਪਲੇਟਾਂ ਜਿਹੜੀਆਂ ਉਹ ਵੀ ਆਪਾਂ ਬਣਵਾਉਣੀਆਂ ਆ ਕਿਉਂਕਿ ਹਜੇ ਤੱਕ ਇਹ ਔਨਲਾਈਨ ਚੜ੍ਹੀ ਨਹੀਂ ਹੈ ਜਿਹਨਾਂ ਕੋਲੋਂ ਲਈ ਆ ਉਹਨਾਂ ਨੇ ਦਿੱਤਾ ਹੋਇਆ ਆ ਅਤੇ ਉਹ ਵੀ ਅੱਜ ਕੱਲ੍ਹ ਕਰੀ ਜਾਂਦੇ ਆ ਮੈਂ ਕਿਹਾ ਉਹਨਾਂ ਚਿਹਰਾ ਹਾਂ ਜਾਲੀ ਜੀਆਂ ਨੰਬਰ ਪਲੇਟ ਲਾ ਕੇ ਸਿੱਟੀਏ ਅਤੇ ਵਧੀਆ ਲਵਾ ਲਈਏ ਗੱਡੀ ਤਾਂ ਸੋਹਣੀ ਲੱਗੇ ਆਪਣੀ ਲਾ ਬਈ ਹੁਣ ਆਪਣੇ ਨਾ ਬੰਦੇ ਸਾਰੇ ਇੱਥੇ ਇਕੱਠੇ ਹੋਣ ਲੱਗੇ ਆ ਉਹ ਤੋਂ ਬਾਅਦ ਜਾਂ ਬਾਅਦ 'ਚ ਹੋਊਗੇ ਜਾਂ ਪਹਿਲੋਂ ਹੋ ਜੂਗੇ ਹਜੇ ਗਾ ਬਾਤਚੀਤ ਚੱਲਣ ਦਈ ਆ ਇੱਥੇ ਵਿਆਹ ਆਏ ਹੋਏ ਸਾਰੇ ਇੱਕ ਤਾਂ ਇਹਨੂੰ ਆਪਾਂ ਟੇਪ ਟੂਪ ਕਰਾ ਲੈਣੀ ਆ ਬਾਕੀ ਜਿਹੜੀ ਕੋਟਿੰਗ ਕਰਨੀ ਆ ਨਾ ਆਪਾਂ ਬੋਡੀ ਦੇ ਉੱਤੇ ਜੀਪ ਦੀ ਬੋਡੀ ਦੇ ਉੱਤੇ ਉਹਦੇ ਕਰਕੇ ਡਿਸਕਸ ਕਰਨੀ ਆ ਅਤੇ ਇੱਕ ਸਪੈਸ਼ਲ ਕੋਟਿੰਗ ਆ ਕੋਈ ਉਹ ਬਾਹਰ ਗੋਰੇ ਹੀ ਗੋਰੇ ਕਰਦੇ ਆ ਮੈਨੂੰ ਦੱਸਣ ਦੇ ਸੀਗੇ ਅਤੇ ਉਹ ਮੰਗਵਾਉਣੀ ਆ ਹੁਣ ਉੱਥੇ ਚੱਲੇ ਹਾਂ ਨਾਲੇ ਪਰ ਪਹਿਲਾਂ ਆਪਾਂ ਇਹਨੂੰ ਟੇਪ ਕਰਾਉਣਾ ਆ ਅਤੇ ਇਹਦੀਆਂ ਨੰਬਰ ਪਲੇਟਾਂ ਬਣਨੀਆਂ ਦੇਣੀਆਂ ਆ ਮਾੜੇ ਮਾੜੇ ਸ਼ੀਸ਼ੇ ਕਰਾ ਲਈਏ ਫਿਰ ਹੋਰ ਕਰਾ ਪਰ ਇੱਦਾਂ ਜੈਨੂਇਨ ਜੀ ਆ ਨੋ ਟੈਨਸ਼ਨ ਫਿਰ ਥੋੜ੍ਹੀ ਜਿਹੀ ਟੈਨਸ਼ਨ ਰਹਿੰਦੀ ਆ
ਆ ਜੀਰੋ ਨੰਬਰ ਹੁੰਦੇ ਨਾ ਜਿਹੜੀ ਉਹ ਕਰਾ ਲੈਂਦੇ ਹਨਾ ਵੀ ਸਿੱਧੀ ਧੁੱਪ ਨਹੀਂ ਆਊਗੀ ਗਾ ਗਰਮੀਆਂ ਆ ਜਾਣੀਆਂ ਆ ਹੁਣ ਸ਼ੁਰੂ ਹੋ ਹੀ ਗਿਆ ਆ ਕੰਮ ਤੇ ਫਿਰ ਸਿੱਧੀ ਤਿੱਖੀ ਧੁੱਪ ਨਹੀਂ ਵੱਜਦੀ ਜੀਰੋ ਨੰਬਰ ਜਿਹੜਾ ਹੁੰਦਾ ਆ ਜੀਰੋ ਹੁੰਦਾ ਪੰਜ ਨੰਬਰ ਹੁੰਦਾ ਕਹਿੰਦਾ ਹੁੰਦਾ ਉਹ ਮਾੜਾ ਜਿਹਾ ਹੁੰਦਾ ਜਿਹੜਾ ਆਪਾਂ ਕਰੇਟਾ ਨੂੰ ਕਰਾਏ ਸੀ ਅਸੀਂ ਥਾਰ ਨੂੰ ਵੀ ਕਰਾਏ ਸੀ ਮਾਮੂਲੀ ਜਿਹਾ ਹੁੰਦਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਉਹਦਾ ਮੈਂ ਕਿਹਾ ਬੰਦਿਆਂ ਨੂੰ ਪੁੱਛ ਲਈਏ ਹੁਣ ਫੋਨ ਕਰਕੇ ਕਿੱਥੇ ਗਾ ਵਿਆਹ ਤਾਂ ਨਹੀਂ ਖਾਈ ਜਾਂਦੇ ਕਿਤੇ ਚੱਕਿਆ ਨਹੀਂ ਫੋਨ ਉਹਨਾਂ ਨੇ ਸਿੱਧੇ ਚੱਲਦੇ ਆਪਾਂ ਉੱਥੇ ਆਹ ਦੇਖੋ ਉਹੀ ਪੇਂਜ ਰੋਵਰ ਲਿਖਿਆ ਹੋਇਆ ਨਾ ਇਹਦੇ ਉੱਤੇ ਟੇਪ ਕਰਾ ਦਿੱਤੀ ਆ ਹੁਣ ਸਾਫ਼ ਸਾਫ਼ ਦੂਰੇ ਹੀ ਪੜਿਆ ਜਾਇਆ ਕਰਨਾ ਰੇਂਜ ਰੋਵਰ ਅਤੇ ਚਾਰੇ ਪਿੱਲਰ ਆ ਜਿਹੜੇ ਇਹ ਵੀ ਮੈਟ ਕਰਾ ਦਿੱਤੇ ਆਪਾਂ ਇਹ ਅਜੇ ਇੱਕ ਕੀਤਾ ਆ ਕਲੈਰਟੀਆਂ ਆ ਗਈਆਂ ਕਿ ਨਹੀਂ ਮਾੜੇ ਮਾੜੇ ਸਕਰੈਚ ਸਕਰੂ ਜੇ ਅਸੀਂ ਸਾਰੇ ਲੁੱਕ ਗਏ ਅਤੇ ਆਹ ਜਿਹੜਾ ਆ ਉਹ ਵੀ ਕਰਾ ਲੈਣਾ ਆਪਾਂ ਨੰਬਰ ਪਲੇਟ ਵੀ ਦਿੱਤੀ ਹੋਈ ਬਣਨੀ ਆਹ ਜਿਹੜੇ ਆ ਨਾ ਇਹ ਵੀ ਕਰਾ ਦੇਣੇ ਇਹ ਟੇਪ ਵੀ ਕਰਾ ਦੇਣੇ ਸਾਰੇ ਅਤੇ ਇੱਕ ਆਹ ਕਰਾਉਣਾ ਦੂਜਾ ਆਹ ਕਰਨ ਦੇ ਹਾਂ ਅਤੇ ਇੱਕ ਆਪਣਾ ਆਹ ਵੀ ਨੰਬਰ ਪਲੇਟ ਲਾਈ ਹੋਈ ਆ ਵੀ ਅੰਦਰ ਬਣਨ ਦੀ ਆ ਆਰਾਮ ਨੂੰ ਜ਼ਬਰਦਸਤ ਲੱਗਾ ਕੰਮ ਯਾਰ ਅਸੀਂ ਨਾ ਉੱਦਾਂ ਲਾ ਕੇ ਇਹਨੂੰ ਰੰਗ ਕਰਾਉਣ ਲੱਗੇ ਸੀਗੇ ਫਿਰ ਮੈਂ ਕਿਹਾ ਪਹਿਲੋਂ ਆਹ ਕਰਕੇ ਦੇਖ ਲਈਏ ਜੇ ਨਾ ਸੈੱਟ ਬੈਠਾ ਇਸ ਤੋਂ ਬਾਅਦ ਰੰਗ ਦਾ ਆਪਸ਼ਨ ਫਿਰ ਹਾਂਜੀ ਕਿੱਧਰ ਗਵਾਚ ਗਿਆ ਤੁਸੀਂ ਉਹ ਕਿੱਦਾਂ ਢਿੱਡ ਬਾਹਰ ਕੱਢਿਆ ਵਿਆਹ ਤੋਂ ਆਏ ਹੈ ਹੋਰ ਉਹ ਭਾਊ ਆਪਣਾ ਹੀ ਆਹੋ ਮੰਮੀ ਮਿਲਿਆ ਜਾ ਵੀ ਆਪਣੀਆਂ ਨੰਬਰ ਪਲੇਟਾਂ ਵੀ ਤਿਆਰ ਕਟਿੰਗ ਕੀਤੀ ਅੰਦਰ ਹੀ ਇਹਨਾਂ ਕੋਲ ਮਸ਼ੀਨ ਵੀ ਆ ਹੁਣ ਲਾ ਕੇ ਅੱਛਾ ਟੀਕੇ ਨਾਲ ਲਾਉਂਦੇ ਹਾਂ ਇਹ ਇਹ ਕੀ ਆ ਭਾਜੀ ਆਹ ਚੀਜ਼ ਅੱਛਾ ਉਸੇ ਵੇਲੇ ਜੰਮ ਜਾਂਦਾ ਤੈਨੂੰ ਅਤੇ ਬਾਅਦ 'ਚ ਉੱਤੋਂ ਲਾ ਦੇਣਾ ਹੈ ਨਾ ਇਹਦੇ ਇਹ ਸ਼ਾਈਨ ਵਾਲਾ ਪਾਸਾ ਨਾ ਇਹਦਾ ਹਾਂਜੀ ਸ਼ਾਈਨ ਵਾਲਾ ਡਾਕਟਰ ਸਾਹਿਬ ਪਤਾ ਨੀ ਕੀ ਕਰਦੇ ਰਹੇ ਇੰਨੇ ਸਾਲ ਜਿੰਨਾ ਦੀ ਗੱਡੀ ਸੀ ਲਿਆ ਟੀਕਾ ਲਾਵਾਂ ਇਹ ਜਾਣਾ ਨੀ ਉਹ ਨਿਕਲ ਗਿਆ ਨੰਬਰ ਪਲੇਟਾਂ ਚੈੱਕ ਕਰੋ ਹੁਣ ਸੋਹਣੀਆਂ ਲੱਗਦੀਆਂ ਨਾ ਥੱਲੇ ਵੀ ਰੇਂਜ ਰੋਵਰ ਦਿਸਣ ਲੱਗ ਪਿਆ ਆਹ ਰਹਿ ਗਿਆ ਖੁੱਲ੍ਹਾ ਅਤੇ ਇੱਥੇ ਵੀ ਇਹ ਵੀ ਥੋੜ੍ਹਾ ਜਿਹਾ ਨਾ ਲਾਈਟ ਜਿਹਾ ਹੋਇਆ ਸੀਗਾ ਇੱਥੇ ਵੀ ਕਰਾ ਤਾਂ ਆਪਾਂ ਜੋ ਕਰਾਉਣਾ ਸੀਗਾ ਹੁਣ ਦਿਨੇ ਸਾਰਾ ਕੰਮ ਜਿੰਨਾ ਵੀ ਹੋਇਆ ਨਾ ਆਹ ਵੀ ਹੋ ਚੁੱਕਾ ਆ ਇਹ ਮੈਟ ਲੁੱਕ ਕਰਾਈ ਆ ਹੁਣ ਦਿਨੇ ਦੇਖਾਂਗੇ ਕਿਹੜੀ ਚੀਜ਼ ਸਹੀ ਲੱਗਦੀ ਕਿਹੜੀ ਨਹੀਂ ਜਿਹੜੀ ਅਤੇ ਅੱਗੇ ਵੀ ਦਿਖਾਉਣਾ ਤੁਹਾਨੂੰ ਦੂਰੋਂ ਦਿਸਦੀ ਹੁਣ ਨੰਬਰ ਪਲੇਟ B02A B0028 ਦਿਨੇ ਅਸਲੀ ਪਤਾ ਲੱਗਣਾ ਕਿ ਰੇਸ ਦਾ ਕਿੰਨੀ ਕੁ ਰੇਸ ਆਈ ਆ ਕਾ ਪਿੱਲਰ ਕਰਾਇਆ ਪਿੱਲਰ ਚਾਰੇ ਹੀ ਕਰਾ ਲਏ ਆਪਾਂ ਬਾਕੀ ਆਹ ਹੀ ਰਹਿ ਗਿਆ ਬਸ ਥੋੜ੍ਹਾ ਹੀ ਹੁਣ ਕੰਮ ਲੈ ਲੈ ਲੱਗਦੀ ਛੱਤ ਉਹੀ ਉਹ ਤਾਂ ਗੱਡੀ ਤਾਂ ਆਪਣੀ ਐਨ ਸਾਫ਼ ਆ ਹੁਣ ਬਿਲਕੁਲ ਬਸ ਆਹ ਲਾਸਟ ਰਹਿ ਗਿਆ ਇੱਕ ਸਪੋਰਟਸ HSE ਨੰਬਰ ਪਲੇਟ ਦੇ ਤੂੰ ਸੱਬੀ ਬਹੁਤ ਹੈ ਨਾ ਬਲੈਕ ਦੇ ਉੱਤੇ ਬਲੈਕ ਨੰਬਰ ਪਲੇਟ ਸੋਹਣੀ ਲੱਗੀ ਚਾਰ ਕਿੱਦਾਂ ਗਿੱਚੀ ਚ ਮਾਰ ਕੇ ਮੈਂ ਹੁਣ ਮਸਾਂ ਹੀ ਤੇ ਮੈਂ ਸਹੀ ਹੋਇਆ ਹੁਣ ਮਾੜਾ ਜਿਹਾ ਫੇਰ ਬਾਹਰ ਨੂੰ ਆ ਗਏ ਆਪਾਂ ਹਾਂ ਹੁਣ ਸਰ ਉਹ ਯਾਰ ਮੈਨੂੰ ਵੀ ਬਾਬਾ ਜਰੀ ਹੋਇਆ ਰਿਹਾ ਪਤਾ ਨਹੀਂ ਕੀ ਚੱਕਰ ਹੋਇਆ ਨਾ ਪਤਾ ਨਹੀਂ ਵਿਆਹ ਤੇ ਹੋਏ ਆ ਬਾਬਾ ਉਹ ਖਾ ਖੂ ਲਿਆ ਆਪਾਂ ਹਨਾ ਮਾੜੀਆਂ ਮੋਟੀਆਂ ਓਦਾਂ ਤੇ ਫੋਨ ਕਰਦਾ ਹੈਗਾ ਉਹ ਇਗਨੋਰ ਕਰੀ ਜਾਂਦੇ ਫਿਰ ਮੈਂ ਵੀਡੀਓ ਚ ਕਿਹਾ ਮਾਰਦਾ ਟੱਪਰੇ ਬਾਕੀ ਹੁਣ ਇੱਕਦਮ ਘਰੇ ਚਲਾਉਣੀ ਸੀ ਮੈਨੂੰ ਘਰੇ ਦੇ ਜਾਓ ਦਵਾਦਾ ਖਾ ਪੀ ਕੇ ਆ ਗਏ ਅਸੀਂ ਤਾਂ ਹੁਣ ਮੈਂ ਕੰਮ ਵਿਖਾਉਣਾ ਤੁਹਾਨੂੰ ਅੱਜ ਕੀ ਕੀਤਾ ਇੱਕ ਤੇ ਆਹ ਦੇਖੋ ਰੇਂਜ ਰੋਵਰ ਚਮਕਣ ਦਿਆ ਨਾ ਹੁਣ ਪੂਰਾ ਨੰਬਰ ਪਲੇਟ ਨਵੇਂ ਆ ਗਏ ਮੋਨੋਗ੍ਰਾਫ ਲਾ ਕੇ ਨੰਬਰ ਪਲੇਟ ਹੋਏ ਹੋਏ ਗੱਲਬਾਤ ਬਣ ਗਈ ਅਗਲੇ ਪਾਸੇ ਵੀ ਆ ਜਾਓ ਖਾਵਾਂ ਰੈਪ ਵੀ ਕੀਤਾ ਇੱਥੇ ਆਹੋ ਆਹੋ ਉਦਾਂ ਤਾਂ ਸਾਫ਼ ਹੀ ਸੀ ਇਹ ਵੀ ਦੁਬਾਰਾ ਕਰਾਤਾ ਮੈਂ ਕਿਹਾ ਹੋਰ ਵਧੀਆ ਹੋ ਜਾਊ ਮੈਟ ਜੀ ਘੋੜਾ ਚਮਕਦਾ ਹੋਣਾ ਨਾ ਗਾਣੇ ਤੇ
ਸਾਰੇ ਬਾਹਰ ਆ ਗਏ ਆਜੋ ਗੱਡੀ ਤੇ ਯਾਰ ਹਾਂ ਹਾਂ ਹਰ ਥਾਂ ਤੇ ਲਾਈਟਾਂ ਲੱਗੀਆਂ ਹਲੇ ਲਾਈਟ ਵੱਜਦੀ ਨਾ ਇੱਥੇ ਵੀ ਲਾਈਟ ਹੁਣ ਲੱਗੇ ਨਾ ਚਮਕਣ ਹਾਂ नवी कोई कढ़ा लवांगे फिर थार भी आई नवी चौबीस की लई सी मैं थोड़ा वेचनी चलाई जानी जिन्ना चिर मर्जी हो ਜਦੋਂ ਉਹ ਤੋਂ ਵੱਧ ਮਿਲੇ ਫੇਰ ਵੇਚਣੀ ਆਪਾਂ 25% ਹਜੇ ਲੈ ਕੇ ਜਾਣੀ ਕਈਆਂ ਥਾਵਾਂ ਤੇ ਹਜੇ ਮੈਂ ਲੈ ਕੇ ਵੀ ਨਹੀਂ ਗਿਆ ਦੱਸ ਦਾਂਗੇ ਵਿਚਾਰਿਆਂ ਨੂੰ ਜੇ ਕੋਈ ਆ ਗਿਆ ਫੇਰ ਦੇ ਵੀ ਦਵਾਂਗੇ ਫੇਰ ਇੱਡੀ ਵੀ ਨਹੀਂ ਕੋਈ ਗੱਲ ਨਹੀਂ ਆਪਣਾ ਬੰਦਾ ਬਾਹਰੋਂ ਆਉਣਾ ਹੈ ਮੈਂ ਕਿਹਾ ਜੇ ਕੋਈ ਹਾਂ ਦੇਣੀ ਹੋਵੇ ਤਾਂ ਦੇ ਵੀ ਦਵਾਂਗੇ ਕਰ ਲਾਂਗੇ ਗੱਲ ਕੋਈ ਨਹੀਂ ਮੈਨੂੰ ਨੰਬਰ ਪਲੇਟਾਂ ਬਹੁਤ ਵਧੀਆ ਲੱਗੀਆਂ ਇਹਦੀਆਂ ਨੰਬਰ ਪਲੇਟ ਦੂਰੋਂ ਹੀ ਦੇਦਾ ਨੰਬਰ ਹਨਾ ਭਰਮਾ ਭਰਮਾ ਜਿਹਾ ਲੱਗਦਾ ਨਾ ਹੁਣ ਵਧੀਆ ਲੱਗਦਾ ਨਹੀਂ ਇਹ ਨੰਬਰ ਇਹੀ ਆਉਣਾ ਵਾ ਇਹ ਵੀਆਈਪੀ ਨੰਬਰ ਆ ਆ ਇਹੀ ਆਉਣਾ ਨਾ ਨੰਬਰ ਮੈਂ ਹਾਂ ਮੇਰੇ ਕਣਾ ਆਪਾਂ ਪਾਕਿਸਤਾਨ ਉਸ ਤੋਂ ਬਾਅਦ ਦੇਖਾਂਗੇ ਵੀਡੀਓ ਇੰਨੀ ਕੀ ਸੀਗੀ ਰੇਂਜ ਰੋਵਰ ਆਪਣੀ ਲੈ ਆਂਦੀ ਆ ਕੱਲ ਤੇ ਕੱਲ ਨੂੰ ਮੈਂ ਨਾ ਹੁਣ ਇਹਦੀ ਪੂਰੀ ਇੱਥੇ ਖੜੀ ਕਰਕੇ ਜੋ ਵੀ ਇਹਨੂੰ ਕਰਾ ਕੇ ਲਿਆਇਆ ਨਾ ਉੱਥੇ ਹਨੇਰਾ ਸੀਗਾ ਤਾਂ ਕਰਕੇ ਦਿਖਾਇਆ ਨਹੀਂ ਗਏ ਅਤੇ ਜਨਾਬ ਹੁਣੀ ਛੋਟੇ ਛੋਟੇ ਪੱਪੀ ਚੱਕ ਲਿਆਏ ਆ ਉਹ ਵੀ ਮੈਂ ਕੱਲ ਨੂੰ ਤੁਹਾਨੂੰ ਵੀਡੀਓ 'ਚ ਦਿਖਾਊਂਗਾ ਅਤੇ ਜਨਾਬ ਉਹਨਾਂ ਨੇ ਪੂਰੀ ਵੀਡੀਓ ਬਣਾਈ ਆ ਕਿੱਦਾਂ ਹੀ ਲੈ ਕੇ ਆਏ ਕੀ ਕੀਤਾ ਕਿੱਦਾਂ ਉਹਨਾਂ ਨੂੰ ਹੈ ਨਾ ਸਾਰਾ ਕੁਛ ਉਹਦੀ ਚੈਨਲ ਦੇ ਉੱਤੇ ਆ ਜਿਹੜਾ ਆਪਣਾ ਖੂਹ ਵਾਲੇ 2.0 ਚੈਨਲ ਵਾਲਾ ਉੱਤੇ ਆਪਾਂ ਵੀਡੀਓ ਪਾ ਦਿੱਤੀ ਸੀ ਇਹਨਾਂ ਨੇ ਦੇਖਣੀ ਆ ਜਾ ਕੇ ਦੇਖ ਲਿਓ ਜਿਹਨਾਂ ਨੇ ਸਬਸਕ੍ਰਾਈਬ ਕਰਨਾ ਉਹ ਵੀ ਕਰ ਲਿਓ ਲਿੰਕ ਦੋਵਾਂ ਚੈਨਲਾਂ ਦਾ ਥੱਲੇ ਆ ਮਿਲਦੇ ਹੁਣ ਕੱਲ੍ਹ ਨੂੰ ਆਪਣੀ ਜੀਪ ਵੀ 1 ਜਾਂ 2 ਦਿਨਾਂ ਤੱਕ ਸੜਕ 'ਤੇ ਚੱਲਣ ਜੋਗੀ ਕਰ ਦਿੱਤੀ ਆ ਹੁਣ ਜਾ ਕੇ ਵੇਖਾਂਗੇ 1 ਜਾਂ 2 ਦਿਨਾਂ ਤੱਕ ਮਿਲਦੇ ਹੁਣ ਕੱਲ੍ਹ ਨੂੰ ਓਕੇ ਫਿਰ ਬਾਏ ਬਾਏ।